50 ਲੱਖ ਰੁਪਏ ਲਾ ਕੇ ਖਰੀਦਿਆ ਟਿੱਪਰ ਦੂਸਰੇ ਦਿਨ ਹੀ ਖਰਾਬ ਹੋ ਗਿਆ। ਜੀ ਹਾਂ, ਦੱਸ ਦਈਏ ਕਿ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ 50 ਲੱਖ ਰੁਪਏ ਲਾ ਕੇ ਇੱਕ ਵਿਅਕਤੀ ਨੇ ਇੱਕ ਟਿੱਪਰ ਖਰੀਦਿਆ ਸੀ। ਸੋਚਿਆ ਸੀ ਕਿ ਚਲੋ ਇਸ ਦੇ ਸਿਰ ਤੇ ਆਪਣਾ ਘਰ ਚਲਾਊਂਗਾ, ਪਰ ਕਿਹਾ ਜਾ ਰਿਹਾ ਕਿ ਦੂਸਰੇ ਦਿਨ ਹੀ ਉਸ ਟਿੱਪਰ ਦੀ ਬ੍ਰੇਕ ਡਾਊਨ ਹੋ ਗਈ, ਜਿਸ ਤੋਂ ਬਾਅਦ ਉਹ ਵਿਅਕਤੀ ਸ਼ੋਰੂਮ ਦੇ ਵਿੱਚ ਪਹੁੰਚਦਾ ਹੈ ਤੇ ਉੱਥੇ ਜਾ ਕੇ ਇਸ ਦੀ ਸ਼ਿਕਾਇਤ ਦਿੰਦਾ ਹੈ, ਜਿਸ ਤੋਂ ਬਾਅਦ ਕੰਪਨੀ ਦੇ ਮੁਲਾਜ਼ਮ ਉਸ ਟਿੱਪਰ ਨੂੰ ਠੀਕ ਕਰਨ ਦੇ ਲਈ ਪਹੁੰਚਦੇ ਨੇ, ਪਰ ਕਿਹਾ ਜਾ ਰਿਹਾ ਕਿ ਉਹਨਾਂ ਨੇ ਵੀ ਅੱਗੇ ਹੱਥ ਖੜੇ ਕਰ ਦਿੱਤੇ, ਜਿਸ ਤੋਂ ਬਾਅਦ ਜੋ ਟਿੱਪਰ ਦਾ ਮਾਲਕ ਸੀ ਉਹ ਗੁੱਸੇ ਦੇ ਵਿੱਚ ਆ ਗਿਆ ਅਤੇ ਸਿੱਧਾ ਹੀ ਸ਼ੋਰੂਮ ਦੇ ਵਿੱਚ ਪਹੁੰਚ ਗਿਆ, ਜਿੱਥੇ ਜਾ ਕੇ ਉਸਨੇ ਹੰਗਾਮਾ ਕੀਤਾ ਤੇ ਖੁਦ ਨੂੰ ਵੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਉਸਦਾ ਕਹਿਣਾ ਹੈ ਕਿ 1,14,000 ਰੁਪਏ ਇਸ ਟਿੱਪਰ ਦੀ ਆਏ ਮਹੀਨੇ ਕਿਸ਼ਤ ਆਉਣੀ ਹੈ, ਪਰ ਹਾਲੇ ਤੱਕ ਟਿੱਪਰ ਇੱਕ ਵੀ ਦਿਨ ਚੱਲਿਆ ਨਹੀਂ ਤਾਂ ਉਹ ਅਜਿਹੇ ਦੇ ਵਿੱਚ ਕਿਸ਼ਤ ਕਿੱਥੋਂ ਭਰੇਗਾ। ਤਾਂ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਸ਼ੋਰੂਮ ਦੇ ਵਿੱਚ ਵੀ ਜਾ ਕੇ ਕਾਫੀ ਹੰਗਾਮਾ ਹੋਇਆ। ਭਾਅ ਜੀ, ਅਸੀਂ ਟਾਟਾ ਲੇਵਰਾ ਤੋਂ ਗੱਡੀ ਲਈ ਸੀ ਨਵੀਂ, ਇਹ ਹੁਸ਼ਿਆਰਪੁਰ ਤੋਂ ਜਲੰਧਰ ਰੋਡ ਤੋਂ ਜੀ। ਗੱਡੀ 20 ਤਰੀਕ ਨੂੰ ਲੈ ਗਏ ਜੀ, 21 ਨੂੰ ਅਸੀਂ ਗੱਡੀ ਪਜਾਈਏ ਸ਼ਾਮਾਂ ਨੂੰ ਲੈ ਗਏ 20 ਨੂੰ, ਅਤੇ 23 ਤਰੀਕ ਨੂੰ ਅਸੀਂ ਕੰਮ 'ਤੇ ਲਾਈਏ ਜੀ, 24 ਤਰੀਕ ਨੂੰ ਗੱਡੀ ਬ੍ਰੇਕਡਾਊਨ ਆ ਜੀ। ਇਹਨਾਂ ਫੋਨ ਕੀਤਾ, ਚਲੋ ਅਗਲੇ ਦਿਨ ਹੋਲੀ ਆ ਗਈ 25 ਨੂੰ, 25 ਨੂੰ ਕੋਈ ਨਹੀਂ ਆਇਆ, 26 ਤਰੀਕ ਨੂੰ ਬੰਦੇ ਆਉਣ ਡੇ ਇਹਨਾਂ ਦੇ ਜੀ, ਕੋਈ ਮਸਲਾ ਹੱਲ ਨਹੀਂ ਹੋਇਆ। 27 ਨੂੰ ਫਿਰ ਟੈਕਨੀਸ਼ੀਅਨ ਆਇਆ, ਕੋਈ ਮਸਲਾ ਹੱਲ ਨਹੀਂ ਹੋਇਆ। 28 ਨੂੰ ਫਿਰ ਆਇਆ, ਫਿਰ ਕੋਈ ਮਸਲਾ ਹੱਲ ਨਹੀਂ ਹੋਇਆ। ਫਿਰ 2 ਦਿਨ ਇਹਨਾਂ 'ਚੋਂ ਆਇਆ ਜੀ ਕੋਈ ਨਹੀਂ। ਪਰਸੋਂ ਆਏ, ਠੀਕ ਹੈ ਜੀ, ਸਾਡਾ ਇੱਕ ਹੋਰ ਬੰਦਾ ਆ ਰਿਹਾ, ਉਹ ਵੀ ਆਇਆ, ਉਹ ਵੀ ਹੱਥ ਖੜੇ ਕਰ ਗਿਆ ਜੀ। ਕੱਲ੍ਹ ਇੰਜੀਨੀਅਰ ਆਇਆ, ਉਹ ਵੀ ਹੱਥ ਖੜੇ ਕਰ ਗਿਆ ਜੀ। ਇਹਦਾ ਕੋਈ ਮਸਲਾ ਸਾਡਾ ਹੋਇਆ ਕੋਈ ਨਹੀਂ। ਇਹਨਾਂ ਮੈਂ ਕਿਹਾ ਜਾਂ ਤਾਂ ਗੱਡੀ ਲੈ ਜਾਓ ਉੱਥੇ ਏਜੰਸੀ ਦੀ, ਉੱਥੇ ਜਾ ਕੇ ਜੋ ਕਰਨਾ ਕਰਦੇ ਰਹੋ ਇਹਦਾ, ਇੱਥੋਂ ਸਾਈਡ ਤੋਂ ਲੈ ਜਾਓ। ਅਤੇ ਕਹਿੰਦੇ ਨੇ ਗੱਡੀ ਅਸੀਂ ਲੈ ਕੇ ਨਹੀਂ, ਤੁਸੀਂ ਛੱਡ ਕੇ ਜਾਓ। ਭਾਅ ਜੀ, ਜਾਂ ਤਾਂ ਸਾਨੂੰ ਰਿਪਲੇਸ ਕਰਕੇ ਪੀਸ ਦੇਣ, ਨਹੀਂ ਤਾਂ ਸਾਨੂੰ ਹਾਂ ਗਰੰਟੀ ਦੇਣ ਵੀ ਹਾਂ ਗੱਡੀ ਅਸੀਂ ਇੰਨੇ ਦਿਨਾਂ 'ਚ ਓਕੇ ਕਰਕੇ ਦਿੰਦੇ ਹਾਂ। 20 ਤਰੀਕ ਨੂੰ ਗੱਡੀ ਦੀ ਕਿਸ਼ਤ ਆ ਗਈ ਜੀ, ਇੱਕ ਦਿਨ ਮਾਤਰ ਗੱਡੀ ਚੱਲੀ ਹੈ, 10 ਦਿਨਾਂ 'ਚ ਖੜੀ ਨੂੰ ਹੋ ਗਈ ਜੀ। ਅਤੇ 20 ਤਰੀਕ ਨੂੰ ਕਿਸ਼ਤ ਆ ਗਈ, ਇਹ ਗੱਡੀ ਦੀ ਕਿਸ਼ਤ ਭਰਨ, ਸਾਡੇ ਨਾਲ ਪੂਰਾ ਮਹੀਨਾ ਟਰਾਈ ਲਈ ਜਾਣ, ਜਦ ਇਹਨਾਂ ਸੰਤੁਸ਼ਟੀ ਹੋ ਜੂ ਸਾਨੂੰ 10 ਦਿਨ। ਇਹਦੀ ਬਜਾਏ ਗੱਡੀ ਅਸੀਂ ਰੈਂਟ 'ਤੇ ਲਾਈ ਹੋਈ ਹੈ, ਉੱਥੇ 2.5 ਲੱਖ ਰੁਪਏ ਰੈਂਟ 'ਤੇ ਲਾਈ ਆ, ਉਹ ਗੱਡੀ ਦਾ ਰੈਂਟ ਭਰੀ ਜਾਣ, ਜਦ ਤੱਕ ਗੱਡੀ ਨੇ ਤਾਂ ਇਹ ਓਕੇ ਨਹੀਂ ਹੁੰਦੀ। ਨੁਕਸਾਨ ਪਰ ਡੇ 25,000 ਰੁਪਇਆ ਇਹਦਾ ਹੀ ਹੋ ਰਿਹਾ ਜੀ, 1.5 ਲੱਖ ਰੁਪਏ ਮੰਥਲੀ 'ਤੇ ਗੱਡੀ ਵੈਸੇ ਲਾਈ ਹੋਈ, ਕਿਸ਼ਤ ਦੀ 1,14,000 ਰੁਪਏ। 20 ਤਰੀਕ ਨੂੰ ਗੱਡੀ ਆਈ ਕਿਸ਼ਤ ਆਈ, ਹਾਂਜੀ, ਇੱਕ ਦਿਨ ਗੱਡੀ ਚੱਲੀ ਮਾਤਰ ਜਦ ਹੀ ਲਈ ਹੈ ਜੀ। ਏਜੰਸੀ ਵਾਲਾ ਕੋਈ ਸੁਣਦਾ ਪਿਆ ਨਹੀਂ ਜੀ, ਇਹਨਾਂ ਨੂੰ ਇਹ ਕਿਹਾ ਵੀ ਜਾਂ ਸਾਨੂੰ ਲਿਖ ਕੇ ਦਿਓ ਰਿਟਰਨ 'ਚ ਵੀ ਹਾਂ ਅਸੀਂ ਇਹ ਖਰਚ ਕਿਸ਼ਤ ਭਰਦੇ ਹਾਂ, ਔਰ ਜਿਹੜੀ ਗੱਡੀ ਤੁਸੀਂ ਰੈਂਟ 'ਤੇ ਲਈ ਉਹਦਾ ਕਿਰਾਇਆ ਭਰਦੇ ਹਾਂ, ਔਰ ਸਾਨੂੰ ਇਹਦੀ ਲਿਖ ਕੇ ਦਿਓ ਗਰੰਟੀ ਵੀ ਹਾਂ ਦੁਬਾਰਾ ਪ੍ਰੋਬਲਮ ਤੁਹਾਨੂੰ ਨਹੀਂ ਆਉਂਦੀ। ਅਗਰ ਫਿਰ 2 ਮਹੀਨੇ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਤੁਹਾਡੀਆਂ 2 ਮਹੀਨੇ ਕਿਸ਼ਤਾਂ ਉਹ ਵੀ ਭਰਾਂਗੇ, ਔਰ ਗੱਡੀ ਤੁਹਾਨੂੰ ਰਿਪਲੇਸ ਕਰਕੇ ਦੂਜੀ ਦੇਵਾਂਗੇ। ਉਹ ਸਾਨੂੰ ਰਿਟਰਨ 'ਚ ਕੁਛ ਨਹੀਂ ਦੇ ਰਹੇ, ਪੂਰੀ ਖੋਲੀ ਪਈ, ਡਿਸਮੈਂਟਲ ਗੱਡੀ ਕੀਤੀ ਪਈ ਹੈ ਜੀ, A to Z ਨਾਲ ਸਾਰਾ ਹੀ ਤਾਮ ਜਾਮ ਸਾਰਾ ਖੋਲ ਕੇ ਚੈੱਕ ਕਰ ਲਿਆ ਇਹਨਾਂ ਨੇ, ਇਹਨਾਂ ਨੂੰ ਹਜੇ ਤੱਕ ਫਾਲਟ ਹੀ ਨਹੀਂ ਮਿਲਿਆ ਜੀ। ਹਰਪ੍ਰੀਤ ਸਾਹਿਬ ਇਹਨਾਂ ਦੇ ਹੈਗੇ ਆ, ਗੱਲ ਹੋਈ ਆ, ਪਰਸੋਂ ਉਹਨਾਂ ਨੂੰ ਫੋਨ ਕੀਤਾ ਜੀ, ਉਹ ਕਹਿੰਦਾ ਯਾਰ ਮੈਂ ਤੁਹਾਨੂੰ ਗੱਡੀ ਦੇ ਕੇ ਫਸ ਗਿਆ, ਤੁਸੀਂ ਵਾਰ ਵਾਰ ਫੋਨ ਕਰੀ ਜਾਂਦੇ ਹੋ, ਉਲਟ ਏਜੰਸੀ ਵਾਲੇ ਕਹਿੰਦੇ ਆ ਜੀ, ਹਾਂਜੀ ਅਸੀਂ ਗੱਡੀ ਦੇ ਕੇ ਫਸ ਗਏ। ਮੇਲ ਭਾਅ ਜੀ ਕਸਟਮਰ ਕੇਅਰ 'ਚ ਵੀ ਕੰਪਲੇਂਟ ਕੀਤੀ ਹੋਈ ਆ, ਕੰਪਲੇਂਟ ਨੰਬਰ ਵੀ ਹੈਗਾ, ਮੇਲ ਵੀ ਕੀਤੀ ਹੋਈ ਲਿਬਰਾ ਮੋਟਰ 'ਚ ਵੀ ਕੀਤੀ ਹੋਈ ਆ, ਔਰ ਟਾਟਾ ਮੋਟਰ ਦੇ ਇਹਨਾਂ ਦੇ ਕੇਅਰ 'ਚ ਵੀ ਕੀਤੀ ਹੋਈ ਆ। ਨਹੀਂ ਹਜੇ ਤਾਂ ਕੁਛ ਨਹੀਂ ਆਇਆ, ਕੋਈ ਰਿਪਲਾਈ ਨਹੀਂ। ਟੈਕਨੀਸ਼ੀਅਨ ਨੇ ਲਿਖ ਕੇ ਦਿੱਤਾ ਹੋਇਆ ਬਕਾਇਦਾ ਵੀ ਅਸੀਂ 25 ਤਰੀਕ ਤੋਂ ਆ ਰਹੇ ਹਾਂ, ਸਾਡੇ ਕੋਲ ਕੋਈ ਮਸਲਾ ਹੱਲ ਨਹੀਂ ਹੋਇਆ ਜੀ। ਭਾਅ ਜੀ ਅਸੀਂ ਪੈਟਰੋਲ ਪੰਪ ਲੱਗ ਗਏ ਆ ਜੀ, ਪੈਟਰੋਲ ਲੈ ਕੇ ਆਵਾਂਗੇ, 10 ਲੀਟਰ ਇੱਥੇ ਪਾਵਾਂਗੇ, ਆਪਣੇ 'ਤੇ ਪਾਵਾਂਗੇ, ਫੂਕ ਕੇ ਗੱਲ ਨਿਬੇੜ ਕੇ ਭਰੇ ਕਰਾਂਗੇ, ਦੋ ਹੀ ਮਸਲੇ। ਭਾਅ ਜੀ ਸਾਡਾ ਜਿਹੜੀ ਗੱਡੀ ਰੈਂਟ 'ਤੇ ਲਾਈ ਆ, ਉਹ ਗੱਡੀ ਦਾ ਰੈਂਟ ਭਰਨੇ, ਇਹ ਗੱਡੀ ਦੀਆਂ ਤਦ ਤੱਕ ਕਿਸ਼ਤਾਂ ਭਰਨੇ ਜਦ ਤੱਕ ਹੁਣ ਅਸੀਂ ਸਰਟੀਫਾਈਡ ਨਹੀਂ ਹੁੰਦੇ ਇੱਥੇ। ਹਾਂਜੀ ਸਾਡੇ ਸਰ ਆਪਣਾ ਇਕੱਠਿਆਂ ਦਾ ਕੰਮ ਹੈਗਾ, ਰੇਲਵੇ ਪ੍ਰੋਜੈਕਟ ਅਸੀਂ ਇਕੱਠਿਆਂ ਨੇ ਫੜਿਆ ਹੋਇਆ ਹੈਗਾ, ਅਸੀਂ ਇਕੱਠੇ ਕੰਮ ਪਾਰਟਨਰ ਅਸੀਂ ਇਕੱਠੇ ਪਾਰਟਨਰਸ਼ਿਪ 'ਚ ਕੰਮ ਕਰ ਰਹੇ ਨੇ। ਸਾਨੂੰ ਰੈਂਟ ਨਾ ਦੇਣਾ ਪਵੇ, ਇਸ ਲਈ ਅਸੀਂ ਨਿਊ ਪਰਚੇਜ ਗੱਡੀ ਕੀਤੀ ਹੈਗੀ ਹੈ, ਬਟ ਜਦੋਂ ਦੀ ਅਸੀਂ ਗੱਡੀ ਲਈ ਹੈ ਸਰ ਅਸੀਂ ਪਰੇਸ਼ਾਨ ਹੋਏ ਪਏ ਹਾਂ।
ਅਸੀਂ ਇਹਨਾਂ ਨੂੰ ਰਿਕੁਐਸਟਾਂ ਕੀਤੀਆਂ, ਸਾਡੇ ਕੋਲ ਇਹਨਾਂ ਰਿਕੁਐਸਟਾਂ ਦੇ ਸਾਡੇ ਕੋਲ ਰਿਟਨ ਵਾਈਜ਼ ਵੀਡੀਓ ਵਗੈਰਾ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ, ਬਟ ਸਰ ਟਾਟਾ ਨੇ ਜੋ ਸਾਡੇ ਨਾਲ ਪਹਿਲਾਂ ਵਾਅਦਾ ਕੀਤਾ ਸਰ ਉਹ ਤੋਂ ਕੋਈ ਵੀ ਪੂਰਾ ਨਹੀਂ ਕੀਤਾ ਹੈਗਾ। ਅਸੀਂ ਪਰੇਸ਼ਾਨ ਹੋ ਕੇ ਹਾਰ ਕੇ ਗੱਡੀ ਇੱਥੇ ਲੈ ਕੇ ਆਏ ਹੈਗੇ ਹਾਂ। ਸਰ ਅਸੀਂ 48 ਲੱਖ ਦੀ ਗੱਡੀ ਲਈ ਹੈ, ਟਾਟਾ ਸਿਗਮਾ ਗੱਡੀ ਹੈਗੀ ਹੈ ਸਰ। ਅਸੀਂ 10 ਤੋਂ 12 ਦਿਨ ਤੋਂ ਅਸੀਂ ਪਰੇਸ਼ਾਨ ਕੰਟੀਨਿਊ ਹੋ ਰਹੇ ਹੈਗੇ ਹਾਂ, ਬਟ ਸਰ ਹਰੇਕ ਬੰਦੇ ਇੱਕ ਚਾਹ ਹੁੰਦਾ ਹੈ, ਮਿਡਲ ਕਲਾਸ ਬੰਦਾ ਗੱਡੀ ਲੈਂਦਾ ਅਤੇ ਬੜੇ ਚਾਵਾਂ ਨਾਲ ਲੈਂਦਾ ਹੈਗਾ, ਬਟ ਜਦੋਂ ਸਰ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਅਤੇ ਆਮ ਆਮ ਬੰਦੇ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਇਸ ਚੀਜ਼ ਤੋਂ ਫੇਸ ਕਰਨਾ ਬਹੁਤ ਔਖਾ। ਸਰ ਹਜੇ ਤੱਕ ਪ੍ਰਸ਼ਾਦ ਰੀਬਨ ਤੁਸੀਂ ਬੇਸ਼ੱਕ ਵੀਡੀਓ ਨਾਲ ਦਿਖਾ ਸਕਦੇ ਹੋ ਅਤੇ ਹਜੇ ਤੱਕ ਰੀਬਨ ਪ੍ਰਸ਼ਾਦ ਵਿੱਚ ਹੀ ਪਿਆ ਹੈਗਾ ਸਰ, ਲੇਕਿਨ ਸਾਨੂੰ ਸਰ ਸਾਡੇ ਚਾਵਾਂ ਉੱਤੇ ਪਾਣੀ ਫਿਰ ਗਿਆ ਸਰ। ਸਰ ਅਸੀਂ ਲਿਬਰਾ ਤੋਂ ਲਈ ਹੈ, ਹੁਸ਼ਿਆਰਪੁਰ ਰੋਡ ਤੋਂ, ਜਲੰਧਰ ਰੋਡ ਤੋਂ ਹੈ, ਲਿਬਰਾ ਕੰਪਨੀ ਹੈ ਉਹਨਾਂ ਤੋਂ ਲਿਆ। ਹਾਂਜੀ ਟਾਟਾ ਸਰ। ਸਰ ਅਸੀਂ ਇਹਨਾਂ ਤੋਂ ਰਿਟਰਨ 'ਚ ਮੰਗ ਰਹੇ ਹਾਂ, ਇਹ ਸਾਨੂੰ ਕਹਿੰਦੇ ਕਿ ਸਾਨੂੰ ਇੱਕ ਮੌਕਾ ਦਿਓ ਹੋਰ, ਅਸੀਂ ਇੱਥੇ ਲੈ ਕੇ ਆਏ। ਅਸੀਂ ਇਹਨਾਂ ਨੂੰ ਇਹ ਕਿਹਾ ਕਿ ਸਰ ਸਾਨੂੰ ਰਿਟਰਨ 'ਚ ਦਿਓ ਕਿ ਤੁਸੀਂ ਇਹਨੂੰ ਸਹੀ ਕਰੋਗੇ, ਬਟ ਸਾਡਾ ਇੱਕ ਕੰਡੀਸ਼ਨ ਰਹੇਗੀ ਹੁਣ, ਕਿਉਂਕਿ ਅਸੀਂ 10 ਦਿਨਾਂ ਤੋਂ ਪਰੇਸ਼ਾਨ ਹੋਏ ਹਾਂ। ਅਸੀਂ ਇਹਦੇ ਦੂਜੀ ਗੱਡੀ ਅਸੀਂ ਰੈਂਟ 'ਤੇ ਲੈ ਕੇ ਆਏ ਹਾਂ, ਉਹਦਾ ਰੈਂਟ ਪੇ ਕਰ ਚੁੱਕੇ ਐਡਵਾਂਸ ਅਸੀਂ, ਔਰ ਜੋ ਸਰ ਸਾਡੀ ਜੋ ਦਿਨ ਦੀ ਅਸੀਂ ਬ੍ਰੇਕਡਾਊਨ ਰਹੀ ਅਸੀਂ ਉਹ ਅਸੀਂ ਇਹਨਾਂ ਤੋਂ ਮੰਗ ਰਹੇ ਹਾਂ, ਜਾਂ ਸਰ ਅਸੀਂ ਰੀਪਲੇਸ ਮੰਗ ਰਹੇ ਹਾਂ ਇਹਨਾਂ ਤੋਂ। ਜਾਂ ਤਾਂ ਸਰ ਅਸੀਂ ਰੈਂਟ ਜੋ ਗੱਡੀ ਅਸੀਂ ਪੇ ਕੀਤਾ ਔਰ ਜੋ ਇੱਥੇ ਖਰਚਾ ਹੋਇਆ ਹੈ, ਔਰ 2 ਮਹੀਨੇ ਦੇ ਅਸੀਂ ਇਹਨਾਂ ਤੋਂ ਗਰੰਟੀ ਰਿਟਰਨ 'ਚ ਲੈ ਰਹੇ ਹਾਂ ਕਿ ਕੱਲ੍ਹ ਨੂੰ ਕੋਈ ਪ੍ਰੋਬਲਮ ਆਏਗੀ ਸਾਡੇ ਕੋਲ ਰੀਪਲੇਸ ਕੀਤੀ ਜਾਏਗੀ। ਬਾਕੀ ਸਰ ਲਾਗੇ ਪੈਟਰੋਲ, ਦੁਖੀ ਬੰਦਾ ਕੀ ਕਰੇਗਾ ਸਰ, ਲਾਗੇ ਪੈਟਰੋਲ ਪੰਪ ਹੈ, 5 ਲੀਟਰ ਲਿਆਵਾਂਗੇ ਆਪਣੇ ਉੱਪਰ ਪਾਵਾਂਗੇ ਜਾਂ ਗੱਡੀ ਉੱਪਰ ਪਾਵਾਂਗੇ ਸਰ, ਹੋਰ ਆਪਸ਼ਨ ਕੋਈ ਨਹੀਂ। ਅਸੀਂ ਉੱਦਾਂ ਵੀ ਮਰੇ ਹਾਂ, ਇੱਦਾਂ ਵੀ ਮਰੇ ਹਾਂ ਜੀ, ਹੋਰ ਸਾਡੇ ਕੋਲ ਕੋਈ ਹੱਲ ਨਹੀਂ ਸਰ। ਪ੍ਰੋਬਲਮ ਉਹੀ ਗੱਡੀ ਦੇ ਵਿੱਚ ਨਾ ਪ੍ਰੋਬਲਮ ਆਈ ਸੀ, ਤਾਂ ਮੇਰੇ ਬਕਸ ਮੈਨੇਜਰ ਨੇ ਆਪਣੇ ਔਨ ਦਾ ਸਪੋਰਟ ਹੀ ਮੁੰਡੇ ਆਪਣੇ ਭੇਜ ਦਿੱਤੇ ਸੀ, ਜਿੱਥੇ ਸਾਈਡ 'ਤੇ ਖਰਾਬ ਹੋਈ ਸੀ, ਇਹਦਾ ਫਿਊਜ਼ ਡਿਸਕਨੈਕਟ ਹੋ ਰਿਹਾ ਸੀਗਾ, ਅਤੇ ਮੇਰੇ ਬਕਸ ਮੈਨੇਜਰ ਇਮੀਡੀਏਟਲੀ ਉੱਥੇ ਐਕਸ਼ਨ ਲੈ ਕੇ ਨਾ ਉੱਥੇ ਬੰਦੇ ਭੇਜ ਦਿੱਤੇ। ਦੇਖੋ ਜਿਹੜੇ ਸਾਈਡ 'ਤੇ ਆਪਾਂ ਫਸਟ ਏਡ ਹੀ ਦੇ ਸਕਦੇ ਹਾਂ, ਗੱਡੀ ਸਾਡੇ ਬਕਸ ਮੈਨੇਜਰ ਨੇ ਵੀ ਰਿਕੁਐਸਟ ਕੀਤੀ ਕਿ ਗੱਡੀ ਤੁਸੀਂ ਇੱਥੇ ਲੈ ਆਓ ਸਾਡੇ ਵਰਕਸ਼ਾਪ 'ਚ, ਅਸੀਂ ਕਰ ਦਿੰਦੇ, ਕੋਈ ਦਿੱਕਤ ਨਹੀਂ ਹੈਗੀ। ਉਹ ਗੱਡੀ ਸਾਡੇ ਕੋਲ ਅੱਜ ਦੁਪਹਿਰੇ ਆਈ 12-1 ਵਜੇ, ਤਾਂ ਅਸੀਂ ਇੱਥੇ ਅੰਦਰ ਬਹਿ ਕੇ ਬੜਾ ਸਮਝਾਇਆ ਕਿ ਤੁਸੀਂ ਗੱਡੀ ਆਈ ਅਸੀਂ ਚੈੱਕ ਕਰ ਲੈਂਦੇ ਹਾਂ, ਜੋ ਵੀ ਫਾਲਟ ਆ ਅਸੀਂ ਕੰਪਨੀ ਦੇ ਤੁਹਾਡੇ ਨਾਲ ਖੜ੍ਹੇ ਹਾਂ। ਇਹ ਕਿਹੜਾ 1 ਦਿਨ ਦਾ ਕੰਮ ਆ, ਅਸੀਂ ਉਹਨੂੰ ਜਦੋਂ ਆਪਾਂ ਪੂਰਾ ਕੰਮ ਹੋਣ ਤਿਆਰ ਸੀ, ਮਗਰ ਉਹਨਾਂ ਨੇ ਸਾਡੀ ਗੱਲ ਇੱਕ ਨਹੀਂ ਸੁਣੀ, ਉਹ ਕਹਿੰਦੇ ਸਾਡੀ ਗੱਡੀ ਚੇਂਜ ਕਰ ਦਿਓ, ਗੱਡੀ ਚੇਂਜ ਕਰ ਦਿਓ। ਐਜ਼ ਪਰ ਨੋਰਮਸ ਤਾਂ ਜੋ ਕੰਮ ਆਇਆ ਉਹ ਕੰਪਨੀ ਥਰੂ ਹੀ ਕੀਤਾ ਜਾਣਾ, ਕੰਪਨੀ ਬਿਹਾਫ 'ਤੇ ਕੀਤਾ ਜਾਣਾ ਸਾਰਾ ਕੰਮ, ਤਾਂ ਅਸੀਂ ਉੱਥੇ ਕੰਮ ਆਪਾਂ ਕਰ ਰਹੇ ਹਾਂ। ਅਸੀਂ ਹੁਣ ਵੀ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਆ ਸਾਨੂੰ ਗੱਡੀ ਦਿਓ, ਸਾਨੂੰ 1 ਦਿਨ ਤੱਕ ਕੰਮ ਕਰਨ ਦਿਓ, ਅਸੀਂ ਉੱਥੇ ਕੰਮ ਕਰ ਦਿੰਦੇ, ਤੁਹਾਡੇ ਜੋ ਵੀ ਪ੍ਰੋਬਲਮ ਆਈ ਆਪਾਂ ਸੋਲਵ ਕਰਾਂਗੇ। ਬਟ ਉਹਨਾਂ ਨੇ ਜਿਹੜਾ ਸਾਡੇ ਉਹਨਾਂ ਨੇ ਗੇਟ ਹੀ ਰੋਕ ਦਿੱਤਾ, ਇਹ ਤਾਂ ਇੱਕ ਖਿਲਾਫ਼ ਆ ਨਾ ਕਿ ਸਾਡੀ ਪ੍ਰੋਪਰਟੀ 'ਚ ਆ ਕੇ ਸਾਡਾ ਗੇਟ ਹੀ ਬੰਦ ਕਰ ਦਿੰਦੇ ਆ, ਕਿ ਪ੍ਰੋਬਲਮ ਕੰਮ ਕਰਨ ਦਾ ਪ੍ਰੋਬਲਮ ਆ, ਬੰਦੇ ਦਾ ਕੋਈ ਰੰਜਿਸ਼ ਕੋਈ, ਆਪਾਂ ਆਪਣੀ ਪ੍ਰੋਪਰਟੀ ਰੋਕ ਦਿੱਤੀ, ਕਸਟਮਰ ਹਰਾਸਮੈਂਟ ਹੋ ਰਿਹਾ ਆ। ਅਸੀਂ ਰਿਕੁਐਸਟ ਕਰ ਚੁੱਕੇ ਹਾਂ, ਸਾਡੇ ਸਪੇਅਰ ਪਾਰਟ ਮੈਨੇਜਰ ਨੇ ਰਿਕੁਐਸਟ ਕਰ ਲਈ, ਸਾਡੇ ਬਾਕਸ ਮੈਨੇਜਰ ਰਿਕੁਐਸਟ ਕਰ ਲਈ, ਸਾਡੇ ਹੋਰ ਸੀਨੀਅਰ ਸੇਲਸ ਮੈਨੇਜਰਾਂ ਨੇ ਰਿਕੁਐਸਟ ਕਰ ਲਈ। ਅਸੀਂ ਦੇਖੋ ਸਾਡੇ ਇਸ ਰਿਗਾਰਡਿੰਗ ਸਾਡੇ ਜੋ ਸਾਡੇ GM ਸੇਲਸ ਦੇ ਹੈਗੇ ਨਾ, ਉਹਨਾਂ ਨੇ ਵੀ ਕਿਹਾ ਕਿ ਜੇ ਤੁਹਾਡਾ ਕੋਈ ਨੁਕਸਾਨ ਵੀ ਹੋਇਆ, ਅਸੀਂ ਕੁਛ ਨਾ ਕੁਛ ਤੁਹਾਡਾ ਕੋਪਰੇਟ ਕਰਾਂਗੇ, ਠੀਕ ਆ। ਔਨ ਦਾ ਸਪੋਰਟ ਅਸੀਂ ਸਾਰੇ ਇੰਪਲਾਈ ਹਾਂ, ਔਨ ਦਾ ਸਪੋਰਟ ਸਾਨੂੰ ਕਹਿੰਦੇ ਕਿ 5 ਲੱਖ ਰੁਪਇਆ ਸਾਨੂੰ ਦੇ ਦਿਓ। ਅਸੀਂ ਅਗਰ 5 ਲੱਖ ਰੁਪਇਆ ਇੱਦਾਂ ਆਪਾਂ ਦੇਣ ਵਾਲੇ ਹੁੰਦੇ ਤਾਂ ਜੋਬ ਕਿਉਂ ਕਰਨੀ ਸੀ? ਅਸੀਂ ਤਾਂ ਕੰਮ ਪ੍ਰੋਬਲਮ ਸੋਲਵ ਕਰ ਸਕਦੇ ਹਾਂ। ਅੱਜ ਇਹ ਹੋ ਸਕਦਾ ਨਵੀਂ ਕਹਿੰਦੇ ਗੱਡੀ ਚੇਂਜ ਕਰ ਦਿਉ, ਉੱਥੇ ਕੀ ਪੱਕਾ ਸ਼ੋਰਟੀ ਹੈ ਕਿ ਉਹ ਗੱਡੀ ਵਿੱਚ ਮਕੈਨੀਕਲ ਫਾਲਟ ਨਹੀਂ ਆਊਗਾ ਕਿ ਨਹੀਂ ਆ ਸਕਦਾ? ਇਹ ਤਾਂ ਕੰਪਨੀ ਦੇ ਨਾਲ ਤਾਲਮੇਲ, ਸਾਡੀ ਪੂਰੀ ਕੰਪਨੀ ਦਾ ਪੂਰੀ ਕੰਪਨੀ ਦਾ ਤਾਲਮੇਲ ਚੱਲਦਾ ਪਿਆ। ਸਾਡਾ ਕੁਮਿਸ ਇੰਜਨ ਦਾ ਇੰਜੀਨੀਅਰ ਨੇ ਵਿਜ਼ਿਟ ਕੀਤਾ ਔਨ ਦਾ ਸਪੋਰਟ 'ਤੇ, ਸਾਡੇ ਕੁਮਿਸ ਦਾ ਇੰਜੀਨੀਅਰ ਸੀ, ਉਹਨੇ ਵੀ ਸਪੋਰਟ 'ਤੇ ਆਪਣਾ ਇੰਜਨ ਚੈੱਕ ਕਰਨ ਲਈ ਭੇਜਿਆ। ਹਾਂਜੀ ਹਾਂਜੀ ਜਾ ਰਹੀਆਂ, ਬਟ ਸਾਡੇ ਮੁੰਡੇ ਵੀ 2-3 ਵਾਰੀ ਗਏ, ਬਟ ਉੱਥੇ ਫਸਟ ਏਡ ਜਿੰਨੀ ਦੇ ਸਕਦੇ ਸੀ ਉਹ ਦੇ ਦਿੱਤੀ। ਜਦ ਤੱਕ ਅਸੀਂ ਕੁਛ ਉਹਨੂੰ ਚੀਜ਼ ਚੈੱਕ ਹੀ ਨਹੀਂ ਕਰਾਂਗੇ, ਸਾਨੂੰ ਉੱਥੇ ਸਾਡੇ ਮੁੰਡੇ ਨੇ ਉਹਨੂੰ ਚੈੱਕ ਨਹੀਂ ਕਰ ਦਿੱਤੀ, ਗੱਡੀ ਕਹਿੰਦੇ ਆਪਾਂ ਚੈੱਕ ਨਹੀਂ ਕਰ ਦੇਣੀ, ਗੱਡੀ ਇੱਦਾਂ ਠੀਕ ਕਰ ਦਿਓ। ਕੋਈ ਵੀ ਚੀਜ਼ ਕਿਤੇ ਹੋਸਪਿਟਲ ਵੀ ਜਾਵਾਂਗੇ ਤਾਂ ਆਪਾਂ ਨੂੰ
ਟ੍ਰੀਟਮੈਂਟ ਕਰਨਾ ਹੀ ਪਏਗਾ ਨਾ, ਕੋਈ ਵੀ ਚਾਹੁੰਦਾ ਨਹੀਂ ਕੋਈ ਫਾਲਟ ਆਵੇ, ਜੇ ਫਾਲਟ ਆਇਆ ਤਾਂ ਸਾਡੀ ਟੀਮ ਪੂਰੇ ਗਰੁੱਪ ਬੈਠਾ ਉਹਨੇ ਕੰਮ ਕਰਨ ਲਈ। ਨਹੀਂ ਦੇਖੋ ਸਾਨੂੰ ਦੇਖੋ ਉਹਨਾਂ ਨੇ ਫੋਨ 'ਤੇ ਗੱਲ ਕਰਦਾ, ਸਾਡੇ ਸਾਹਮਣੇ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਹੋਈ, ਬਟ ਕੋਈ ਵੀ ਇੱਦਾਂ ਗੱਲ ਕਾਇਮ ਕਰ ਨਹੀਂ ਸਕਦਾ, ਕਿਉਂਕਿ ਅਸੀਂ ਇੱਕ ਦਿਨ ਇਕੱਲੇ ਇਸ ਕਸਟਮਰ ਨੇ ਕੋਈ ਨਾ ਡੀਲ ਕਰਨਾ, ਅਸੀਂ ਪੂਰੇ ਗਰੁੱਪ ਡੀਲ ਕਰਨਾ, ਸਾਡੀ ਪੂਰੀ ਪੰਜਾਬ ਪੰਜ ਸਾਡੀ ਕੰਪਨੀ ਆ, ਜੇਕਰ ਕਸਟਮਰ ਅਸੀਂ ਇਸ ਵੀ ਇਸ ਵੀ ਨਾਲ ਬੋਲਾਂਗੇ ਤਾਂ ਸਾਡਾ ਕਿੱਦਾਂ ਕੰਮ ਕਾਰੋਬਾਰ ਚੱਲੇਗਾ ਜੀ। ਅਸੀਂ ਤਾਂ ਰਿਕੁਐਸਟ ਕਰ ਰਹੇ ਹਾਂ ਕਿ ਗੱਡੀ ਸਾਨੂੰ ਗੱਡੀ ਦਿਓ, ਅਸੀਂ ਕੰਮ ਕਰੀਏ, ਅਸੀਂ ਕੰਮ ਕਰਕੇ ਦਈਏ, ਜੇ ਤੁਸੀਂ ਜਾਣ ਲੱਗੇ ਸਾਡੇ ਕੋਲ ਲਿਖਾ ਕੇ ਲਿਖ ਕੇ ਜਾਣਾ ਹੈ, ਕੋਈ ਸ਼ੋਰਟੀ ਲਿਖਣੀ ਹੈ, ਆਪਾਂ ਲਿਖਦੇ ਅਸੀਂ ਸੈਟਿਸਫਾਈ ਹਾਂ, ਤੁਸੀਂ ਸੈਟਿਸਫਾਈ ਹੋ ਜਾਓ, ਤੁਸੀਂ ਸਾਨੂੰ ਸੈਟਿਸਫਾਈ ਨੋਟ ਤਾਂ ਦੇ ਦਿਓ।